ਤੁਸੀਂ ਦੇਖ ਰਹੇ ਹੋ ਸਟੇਜ ਤੇ ਉਲਮਾ ਇਕਰਾਮ ਦੀ ਕਸੀਰ ਤਦਾਦ ਮੌਜੂਦ ਹੈ। ਮੈਂ ਇਨਸ਼ਾਅੱਲਾ ਨਾ ਤਰੇ ਸੁਲੇ ਮਕਬੂਲ ਸੱਲੱਲਾਹੁ ਅਲੈਹਿ ਵਸੱਲਮ ਦੇ ਚੰਦ ਅਸ਼ਾਰ ਪੇਸ਼ ਕਰਕੇ ਇਜਾਜ਼ਤ ਚਾਹਾਂਗਾ। ਮੁਹੱਬਤ ਨਾਲ ਸਮਾਤ ਫਰਮਾਇਆ ਜੇ। ਜਿਸ ਰਸਤੇ ਤੋਂ ਸੁਨਤ ਦੀ ਮਹਿਕ ਆਵੇ, ਜਿਸ ਰਸਤੇ ਤੋਂ ਸੁਨਤ ਦੀ ਮਹਿਕ ਆਵੇ, ਉਸ ਰਸਤੇ ਤੋਂ ਲੰਘਣਾ ਚਾਹੀਦਾ ਏ। ਜਿਸ ਰਸਤੇ ਤੋਂ ਸੁਨਤ ਦੀ ਮਹਿਕ ਆਵੇ, ਉਸ ਰਸਤੇ ਤੋਂ ਲੰਘਣਾ ਚਾਹੀਦਾ ਏ। ਤੇ ਕਿਤਾਬੋ ਸੁਨਤ ਦੇ ਰੰਗ ਅੰਦਰ ਆਪਣਾ ਤਨ ਮਨ ਰੰਗਣਾ ਚਾਹੀਦਾ ਏ। ਤੇ ਜਿਹੜਾ ਸੁਣੇ ਨਬੀ ਦੀ ਤੁਹੀਨ ਕਰੇ, ਉਹਨੂੰ ਸੂਲੀ ਤੇ ਟੰਗਣਾ ਚਾਹੀਦਾ ਏ। ਤੇ ਜਗ ਰੁਸਦੇ ਜਾਫਰ ਰੁਸ ਜਾਵੇ, ਕੱਲੇ ਅੱਲਾ ਤੋਂ ਮੰਗਣਾ ਚਾਹੀਦਾ ਏ। ਫਿਰ ਮੈਂ ਕਿਉਂ ਨਾ ਮੁਹੱਬਤ ਨਾਲ ਕਹਿੰਦਾ ਜਾਵਾਂ, ਨਬੀ ਕਾ ਲਬ ਪਰ ਜੋ ਜ਼ਿਕਰ ਹੈ ਬੇਮਿਸਾਲ ਆਇਆ, ਕਮਾਲ ਆਇਆ ਨਬੀ ਕਾ ਲਬ ਪਰ ਜੋ ਜ਼ਿਕਰ ਹੈ ਬੇਮਿਸਾਲ ਆਇਆ, ਕਮਾਲ ਆਇਆ ਜੋ ਹਿਜਰੇ ਤੈਬਾ ਮਿਆਦ ਬਨ ਕਰ ਖਿਆਲ ਆਇਆ, ਕਮਾਲ ਆਇਆ ਔਰ ਗਰੂਰ ਲਗਾ ਕੇ ਮਾਥੇ ਪੀ ਦਿਲ ਖੁਦਾ ਨੇ, ਵੋ ਕਾਲੇ ਰੰਗ ਕਾ ਗੁਲਾਮ ਸੋਨਾ ਬਿਲਾਲ ਆਇਆ, ਕਮਾਲ ਆਇਆ ਵੋ ਕਾਲੇ ਰੰਗ ਕਾ ਗੁਲਾਮ ਸੋਨਾ ਬਿਲਾਲ ਆਇਆ, ਕਮਾਲ ਆਇਆ ਔਰ ਨਬੀ ਤੋਂ ਸਾਰੇ ਕੇ ਸਾਰੇ ਆਲਾ ਹੈ ਰੁਤਬੇ ਸਭ ਕੇ ਅਜ਼ੀਮ ਬਾਲਾ, ਹੈ ਰੁਤਬੇ ਸਭ ਕੇ ਅਜ਼ੀਮ ਬਾਲਾ, ਮਗਰ ਜੋ ਆਖਿਰ ਬੇਅਮੀਨਾ ਕਾ ਬੁਲਾਲ ਆਇਆ, ਕਮਾਲ ਆਇਆ। ਬੜਾ ਪਿਆਰਾ ਜੁਮਲਾ। ਔਰ ਉਮਰ ਕੀ ਜੁਰਤ ਪੇ ਜਾਓ ਕੁਰਬਾਨ, ਉਮਰ ਕੀ ਜੁਰਤ ਆਜ ਬੀ ਲਰਜ਼ਾ, ਉਮਰ ਕੇ ਆਨੀ ਸੇ ਕੁਫਰ ਪਰ ਜੋ ਸਵਾਲ ਆਇਆ, ਕਮਾਲ ਆਇਆ ਨਬੀ ਕਾ ਲਬ ਪਰ ਜੋ ਜ਼ਿਕਰ ਹੈ ਬੇਮਿਸਾਲ ਆਇਆ, ਕਮਾਲ ਆਇਆ। ਸਲਾਮ ਅਸ਼ਾਅੱਲਾ।